ਮੈਂ ਸਾਰੇ ਸਰਕਾਰ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਹੱਥ ਜੋੜ ਕੇ ਬੇਨਤੀ ਕਰਦਾ, ਜਿਹੜੀ ਕਿ ਤੁਸੀਂ ਸਾਡੇ ਪਰਿਵਾਰਾਂ ਦੀ ਪਹਿਲਾਂ ਵੀ ਬਾਂਹ ਫੜੀ ਸੀਗੀ ਵੀ 45-45 ਟ੍ਰੇਨਿੰਗ ਦੇ ਕੇ ਪੰਜਾਬ ਹੋਮਗਾਰਡ ਵਿੱਚ ਜੋ ਕਿ ਤਰਸ ਦੇ ਆਧਾਰ 'ਤੇ ਸਾਨੂੰ ਨੌਕਰੀ ਦਿੱਤੀ ਗਈ ਸੀ, ਅਤੇ ਬਾਅਦ 'ਚ ਸਾਨੂੰ ਇਹ ਕਹਿ ਕੇ ਘਰ ਭੇਜਤਾ ਦਿੱਤਾ ਗਿਆ ਵੀ ਤੁਹਾਨੂੰ ਆਉਣ ਵਾਲੇ ਸਮੇਂ 'ਚ ਹਫ਼ਤੇ ਬਾਅਦ ਬੁਲਾ ਲਿਆ ਜਾਏਗਾ। ਪਰ ਅੱਜ 45 ਦਿਨ ਹੋਣ ਤੋਂ, 1.5 ਮਹੀਨਾ ਹੋਣ ਤੋਂ ਵੀ ਜ਼ਿਆਦਾ ਸਮਾਂ ਹੋ ਚੁੱਕਿਆ, ਸਾਨੂੰ ਹਜੇ ਤੱਕ ਨਹੀਂ ਬੁਲਾਇਆ ਗਿਆ, ਅਤੇ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਨੇ ਵੀ ਸਾਨੂੰ ਡਿਊਟੀਆਂ ਦਿੱਤੀਆਂ ਜਾਣ ਜੋ ਕਿ ਪਰਿਵਾਰਾਂ ਦਾ ਅਸੀਂ ਗੁਜ਼ਾਰਾ ਘਰ ਦਾ ਚਲਾ ਸਕੀਏ। ਜੇ ਆਉਣ ਵਾਲੇ ਦਿਨਾਂ ਵਿੱਚ ਸਾਡੀ ਸਰਕਾਰ ਸਾਨੂੰ ਨੌਕਰੀਆਂ ਨਹੀਂ ਦਿੰਦੀ, ਸਾਡਾ ਹੱਕ ਜਿਹੜਾ ਨਹੀਂ ਦਿੰਦੀ, ਅਤੇ ਅਸੀਂ ਕੋਈ ਸਰਕਾਰ ਦੇ ਖਿਲਾਫ਼ ਕੋਈ ਐਕਸ਼ਨ ਵੀ, ਕੋਈ ਧਰਨਾ ਪ੍ਰੋਟੈਸਟ ਵੀ ਕਰ ਸਕਦੇ ਹੈਗੇ ਹਾਂ ਜੇ ਸਰਕਾਰ ਸਾਡੀ ਬਾਂਹ ਨਹੀਂ ਫੜੂਗੀ। ਬਾਕੀ ਅਸੀਂ ਕੈਪਟਨ ਅਮਰਿੰਦਰ ਸਿੰਘ, ਮਾਣਯੋਗ ਨਵਜੋਤ ਸਿੰਘ ਸਿੱਧੂ ਜੀ, ਅਸੀਂ ਉਹਨਾਂ ਤੋਂ ਕੈਬਨਿਟ ਮਿਨਿਸਟਰਾਂ ਤੋਂ ਮੰਗ ਕਰਦੇ ਹਾਂ ਵੀ ਸਾਨੂੰ ਜਲਦ ਤੋਂ ਜਲਦ ਡਿਊਟੀ 'ਤੇ ਜੁਆਇਨ ਕਰਾਇਆ ਜਾ ਸਕੇ, ਤਾਂ ਜੋ ਅਸੀਂ ਸਮਾਜ ਦੀ, ਲੋਕਾਂ ਦੀ ਸਿਵਲ ਡਿਫੈਂਸ ਵਿੱਚ ਰਹਿ ਕੇ ਅਸੀਂ ਸੇਵਾ ਕਰ ਸਕੀਏ।